ਭਾਂਡੇ ਨਵੇਂ ਨੇ। ਤੇਰੇ ਭਾਂਡੇ ਮੈਂ ਤੇਰੇ ਸਿਰ ਚ ਮਾਰ ਕੇ ਤੇਰਾ ਸਿਰ ਪਾੜ ਦੂ। ਚਲਾ ਜੇ ਇਥੋਂ, ਬਾਂਦਰ ਜੇ ਆ ਗਿਆ ਮੂੰਹ ਚੁੱਕ ਕੇ। ਨੀ ਆ ਕੇ ਚੁੱਕ ਲਿਆਈ ਹੈ? ਨੀ ਆ ਤਾਂ ਮੇਰੇ ਸੂਟ ਨੇ ਸਾਰੇ। ਅਲ ਹਾਏ ਹਾਏ, ਨੀ ਇਹ ਮੇਰੇ ਜੋਰਜੱਟ ਦਾ ਸੂਟ ਹੀ, ਨੀ ਇਹ ਨਾ ਦਈ ਤੇਰਾ ਬੇੜਾ ਬਹਿ ਜੇ। ਨੀ ਕਮਲ, ਨੀ ਸਮਝਾਣੀ ਆਪਣੀ ਮਾਂ ਨੂੰ ਕੁਝ। ਅਲ ਮੰਮੀ, ਇਹ ਕੀ ਕਰਦੇ ਹੋ? ਉਹ ਕੁਛ ਨੀ ਪੁੱਤ, ਆ ਤੇਰੀ ਦਾਦੀ ਦੇ ਇੰਨੇ ਸੂਟ ਪਏ ਨੇ, ਮੈਂ ਕਿਹਾ ਆਪਾਂ ਕੀ ਕਰਨੇ ਨੇ, ਭਾਂਡੇ ਹੀ ਲੈ ਲਈਏ। ਹਾਂ ਹਾਂ ਹਾਂ, ਮੰਮੀ ਦੇ ਦੋ ਕੋਈ ਨਾ, ਨਾਲੇ ਉਹ ਕਮਰੇ 'ਚ ਜਿਹੜਾ ਸਮਾਨ ਪਿਆ ਬੀਬੀ ਦਾ, ਉਹ ਵੀ ਦੇ ਦੋ। ਉਹ ਜਿਹੜੀ ਮਸ਼ੀਨ ਪਈ ਹੈ ਨਾ, ਉਹਨੇ ਵੀ ਜਗ੍ਹਾ ਹੀ ਘੇਰੀ ਆ, ਉਹ ਵੀ ਦੇ ਦੋ। ਹਾਂ ਹਾਂ, ਤੂੰ ਤੇ ਮੈਨੂੰ ਨੀ ਸੀ ਜਰਦੀ, ਮੇਰੀਆਂ ਚੀਜ਼ਾਂ ਨੂੰ ਕਿੱਥੋਂ ਜਰੇਂਗੀ? ਨੀ ਇਹ ਮੇਰੀ 50 ਸਾਲ ਪੁਰਾਣੀ ਨਵੀਂ ਹੈ ਮਸ਼ੀਨ, ਇਹਨਾਂ ਚੱਕੀ ਨੀ ਹਾਏ, ਮੇਰਾ ਸਾਰਾ ਕੁਝ ਲੁੱਟ ਕੇ ਲੈ ਗਈ। ਨੀ ਪਾਛੋ, ਨੀ ਇਹਨੂੰ ਕੋਈ ਸਮਝਾਈ ਨੀ, ਆ ਕੀ ਖਲਾਰਾ ਜਿਹਾ ਪਾਈ ਬੈਠੀ ਆ। ਉਹ ਖਲਾਰਾ ਕਾਹਨੂ ਬੀਬੀ, ਕਮਲ ਦੀ ਦਾਦੀ ਦੇ ਇੰਨੇ ਸੂਟ ਪਏ ਨੇ, ਮੈਂ ਕਿਹਾ ਭਾਂਡੇ ਹੀ ਲੈ ਲਈਏ। ਆ ਕਮਲ ਤਾਂ ਕਹਿੰਦੀ ਮਸ਼ੀਨ ਵੀ ਦੇ ਦਿਓ। ਇਹ ਮਾਮਾ ਲੱਗਦਾ ਮਸ਼ੀਨ ਤੂੰ ਮੈਨੂੰ ਦੇ, ਗੁੱਡੀ ਦੀ ਬੁਟੀਕ ਦਾ ਥੋੜਾ ਕੰਮ ਸੰਭਲ ਜੂਗਾ। ਤੂੰ ਲੈ ਜਾ ਭੈਣੇ, ਮੇਰੇ ਤਾਂ ਕਿਸੇ ਕੰਮ ਨੀ। ਵੇ ਭਾਈ, ਪਾਛੋ ਭੈਣ ਲੈ ਜਾ। ਜੇ ਰੱਬ ਮੈਨੂੰ ਸ਼ਕਤੀ ਦੇ ਦਿੰਦੇ ਨਾ, ਤੇਰੀ ਗੱਲ ਤਾਂ ਮੈਂ ਬਣਾਉਂਦੀ, ਫਿਰ ਬਾਕ ਇਹੀ ਜੀ ਆਤਮਾ ਬਣਾ ਤੇ ਵੇ ਮੈਨੂੰ। ਨੀ ਪਾਛੋ, ਨੀ ਮੇਰੀ ਮਸ਼ੀਨ ਦੇ ਜਾਣੀ। ਯਾਰ ਮੈਨੂੰ ਤੇ ਉਹ ਗੋਗੇ ਜੇ ਦੀ ਗੱਲ ਤੇ ਯਕੀਨ ਹੀ ਨੀ ਹੁੰਦਾ ਵੀ ਉਹਨੂੰ ਤੇਰੀ ਦਾਦੀ ਵੇਖਦੀ ਆ, ਪਰ ਜੇ ਹੁਣ ਤੈਨੂੰ ਵੀ ਉਹਦਾ ਦਾਦਾ ਵੇਖਦਾ ਤੇ ਇਹਦਾ ਮਤਲਬ। ਹਾਂ ਉਹੀ ਤਾਂ ਯਾਰ, ਮੈਨੂੰ ਤਾਂ ਲੱਗਦਾ ਸੱਚੀ ਉਹ ਕਹਿੰਦਾ ਸੀ ਗੁੱਗੂ। ਤੁਹਾਡੇ ਤੇ ਵਿਆਹ ਦਾ ਚੱਕਰ ਹੀ ਨੀ ਮੁੱਕਣ ਡਿਆ, ਲੋਕਾਂ ਦੇ 7 ਫੇਰਿਆਂ ਚ ਮੁੱਕ ਜਾਂਦੇ ਆ। ਵੈਸੇ ਗੁੱਡੀ ਸੱਚੀ ਦੱਸਾਂ, ਮੈਨੂੰ ਤਾਂ ਡਰ ਹੀ ਲੱਗਿਆ ਰਹਿੰਦਾ।